ਜੀ 3 ਸਾਲ ਤੋਂ ਰਿਲੇਸ਼ਨ ਚ ਹੀ ਇਹ ਜਨਾਨੀ ਮੇਰੇ ਹਸਬੈਂਡ ਨਾਲ ਖੈੜਾ ਨੀ ਛੱਡਦੀ। ਬੜੀ ਵਾਰੀ ਪਰਚੀ ਹੋਏ, ਥਾਣੇ ਕਚਹਿਰੀਆਂ ਚ ਵੀ ਗਏ ਆ, ਇਹਨੇ ਮਾਰ ਕੇ ਸਾਹ ਲਿਆ, ਮਾਰ ਕੇ ਛੱਡਿਆ। ਬਸ ਕਹਿੰਦੀ ਮੈਨੂੰ ਰੱਖੋ, ਮੈਂ ਨਾਲ ਰਹਿਣਾ ਵਾ। ਮੈਂ ਤੇ ਵਿਆਹੀ ਹੋਈ, ਮੈਂ ਕਿੱਦਾਂ ਰੱਖ ਲੈਂਦੀ? ਮੈਂ 3 ਬੱਚੇ ਮੇਰੇ, ਮੈਂ ਕਿੱਦਾਂ ਰੱਖ ਲੈਂਦੀ ਨਾਲ ਇਹਨੂੰ? ਇਹਨੇ ਮਰਵਾ ਤਾ ਮੇਰਾ ਘਰ ਵਾਲਾ। 10 ਵਜੇ ਸਵੇਰੇ ਮਿਲਣ ਗਏ, ਮੈਨੂੰ ਪਤਾ ਇਹਨੂੰ, ਬਾਅਦ ਚ ਏਦਾਂ ਹੀ ਆਏ, ਨਸ਼ੇ ਦੀ ਹਾਲਤ ਚ ਆਏ, ਬੇਹੋਸ਼ੀ ਦੀ ਹਾਲਤ ਚ ਘਰੇ ਆਏ ਆ। ਬਸ ਫਿਰ ਯਾਰਾ ਦੋਸਤ ਨਾਲ ਫਿਰ ਕਿਤੇ ਬਾਹਰ ਚੱਲ ਗਏ ਆ, ਤੇ ਬਸ ਏਦਾਂ ਹੀ ਆਏ ਘਰੇ, ਤੇ 5-5 ਲਾਸ਼ ਹੀ ਆਈ ਇਹਨਾਂ ਦੀ ਘਰੇ। ਫੜੋ ਬੰਦੇ, ਫੜੋ ਸਾਡੇ ਗੁਰਮੀਤ ਸਿੰਘ, ਖੁਸ਼ਦੀਪ ਕੌਰ, ਖੁਸ਼ੀ ਫੜੋ, ਇਹਨਾਂ ਨੇ ਮੇਰੇ ਹਸਬੈਂਡ ਨੂੰ ਮਰਵਾ ਤਾ, ਤੇ ਬੱਚੇ ਮੈਂ ਕਿੱਥੇ ਲੈ ਕੇ ਜਾਵਾਂ ਆਪਣੇ ਬੱਚੇ। ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ ਸ਼ਹੀਦ ਊਧਮ ਸਿੰਘ ਨਗਰ ਦਾ ਰਹਿਣ ਵਾਲਾ ਨੌਜਵਾਨ ਹਰਦੇਵ ਸਿੰਘ, ਜਿਸ ਨੂੰ ਕਿਸੇ ਦੇ ਵੱਲੋਂ ਜ਼ਹਿਰੀਲੀ ਚੀਜ਼ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ, ਤਾਂ ਪਰਿਵਾਰਕ ਮੈਂਬਰ ਇਸ ਵੇਲੇ ਮੀਡੀਆ ਦੇ ਸਾਹਮਣੇ ਆਏ ਨੇ, ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੇ ਪੁੱਤ ਦੀ ਜਿਹੜੀ ਫੋਟੋ ਫੜ ਕੇ ਬੈਠੇ ਹੋਏ ਨੇ, ਤਾਂ ਉਸ ਨੂੰ ਯਾਦ ਕਰਦੇ ਪਏ ਨੇ, ਪਰ ਉਹ ਅੱਜ ਜ਼ਿੰਦਗੀ ਨੂੰ ਅਲਵਿਦਾ ਆਖ ਚੁੱਕਾ ਹੈ। ਤਾਂ ਜੇਕਰ ਅਸੀਂ ਗੱਲ ਕਰੀਏ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੱਡੇ ਇਲਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ, ਤਾਂ ਅਸੀਂ ਉਸਦੀ ਮਦਰ ਦੇ ਨਾਲ ਗੱਲਬਾਤ ਵੀ ਕਰਦੇ ਹਾਂ, ਤਾਂ ਕੀ ਨਾਮ ਆ ਜੀ ਤੁਹਾਡਾ? ਪਰਮਜੀਤ। ਹਾਂਜੀ, ਕੀ ਹੋਇਆ? ਮੇਰਾ ਮੁੰਡਾ ਚੰਗਾ ਭਲਾ ਗਿਆ, ਖੁਸ਼ੀ ਨਾਲ ਰਹਿੰਦਾ ਸੀ, ਤੇ ਉਹਨੇ ਬੁਲਾਇਆ, ਉੱਥੇ ਗਿਆ, ਕੁਛ ਦਿੱਤਾ ਗਿਆ ਉਹਨੂੰ। ਖੁਸ਼ੀ ਕੌਣ ਆਈ ਹੈ? ਖੁਸ਼ੀ ਇਹ 3 ਸਾਲ ਹੋ ਗਏ ਰਹਿੰਦੀ ਮੇਰੇ ਮੁੰਡੇ ਨਾਲ, ਤੇ ਉਹਨੇ ਪਤਾ ਨਹੀਂ, ਹਾਂਜੀ ਤਿੰਨੋ, ਉਹਨੇ ਪਤਾ ਨਹੀਂ ਕੀ ਕਰਤਾ ਜੀ। ਤਾਂ ਕਦੋਂ ਗਿਆ ਤੁਹਾਡਾ ਮੁੰਡਾ ਮਿਲਣ ਵਾਸਤੇ ਉਹਨੂੰ, ਖੁਸ਼ੀ ਨੂੰ? 10 ਵਜੇ ਸਵੇਰੇ ਗਿਆ ਸੀ, ਤੇ ਆਣ ਕੇ ਰੋਟੀ ਖਾਧੀ ਉਹਨੇ 12 ਵਜੇ, ਫਿਰ ਚੱਲ ਗਿਆ। ਹਾਂਜੀ, ਤਾਂ ਉਸ ਤੋਂ ਬਾਅਦ ਕੀ ਪਤਾ ਲੱਗਾ ਫਿਰ? ਉਸ ਤੋਂ ਬਾਅਦ ਆਇਆ ਨਸ਼ੇ ਜਿਹੇ ਦੇ ਵਿੱਚ ਸੀ, ਤੇ ਸਾਨੂੰ ਕੁਛ ਨੀ ਪਤਾ ਲੱਗਾ, ਵੀ ਇੰਨਾ ਹੀ ਪਤਾ ਵੀ ਕਿਸੇ ਨੇ ਕੁਛ ਕੀਤਾ ਵਾ। ਨਸ਼ਾ ਕਰਦਾ, ਸ਼ਰਾਬ ਪੀਂਦਾ ਕਦੇ, ਉਹ ਵੀ ਰਾਤ ਨੂੰ ਰੋਟੀ ਖਾਣ ਲੱਗਿਆ, ਹੋਰ ਕੋਈ ਨਸ਼ਾ ਨੀ ਉਹਨੂੰ। ਅੱਛਾ ਜੀ, ਹੋਰ ਨੀ ਕੋਈ ਨਸ਼ਾ, ਇਹਦਾ ਇਨਸਾਫ ਕਰੋ ਤੁਸੀਂ। ਪਤਾ ਲੱਗਾ ਕਿਹੜੀ ਜ਼ਹਿਰੀਲੀ ਚੀਜ਼ ਦਿੱਤੀ ਗਈ ਆ? ਨਹੀਂ ਪਤਾ ਨੀ ਲੱਗਾ, ਪਤਾ ਨੀ ਲੱਗਾ ਇਹ ਗੱਲ ਦਾ। ਖੁਸ਼ੀ ਕਿੱਥੇ ਰਹਿੰਦੀ ਹੈ? ਖੁਸ਼ੀ ਰਹਿੰਦੀ ਇੱਥੇ ਸ਼ਹੀਦ ਊਧਮ ਨਗਰ, ਤੁਹਾਡੇ ਮਹੱਲੇ ਦੀ ਹੈ? ਮਹੱਲੇ ਦੀ ਆ। ਤਾਂ ਤੁਸੀਂ ਉਹਨੂੰ ਸਮਝਾਇਆ ਨੀ? ਸਮਝਾਇਆ ਸੀ, ਉਹ ਨੀ ਸਮਝੀ, ਪਰ ਬੜੀ ਬੜੀ ਸਮਝਾਇਆ ਉਹਨੂੰ, ਐਂ ਬੜਾ
ਜਿਸ ਕੁੜੀ ਦਾ ਤੁਹਾਡੇ ਵੱਲੋਂ ਨਾਮ ਲਿਆ ਜਾ ਰਿਹਾ ਉਹ ਕਿੱਥੇ ਆ ਹੁਣ? ਘਰੋਂ ਭੱਜੀ ਹੋਈ, ਘਰੋਂ ਫਰਾਰ ਆ ਕਹਿੰਦੇ, ਗਲੀ ਮਹੱਲੇ ਗੱਲਾਂ ਬਾਤਾਂ ਦਾ ਪਤਾ ਲੱਗਦਾ, ਸਾਰੇ ਕਹਿੰਦੇ ਭੱਜੀ ਹੋਈ, ਮਹੱਲੇ ਚ ਨਹੀਂ ਹੈਗੀ। ਜਦੋਂ ਮੌਤ ਹੋਈ ਉਦੋਂ ਭੱਜੀ? ਅੱਛਾ ਜੀ। ਹਾਂਜੀ, ਜਦੋਂ ਉਹਨੂੰ ਪਤਾ ਲੱਗਦਾ? ਹਾਂ, ਜਦੋਂ ਪਤਾ ਲੱਗ ਗਿਆ ਫੇਰ ਉਹ ਭੱਜੀ। ਘਰ ਵੀ ਗਏ ਹਾਂ ਤੇ ਉਹ ਘਰੋਂ ਸਾਰੇ ਭੱਜ ਗਏ। ਘਰ ਵਾਲਾ ਵੀ ਭੱਜਿਆ ਸੀ ਤੇ ਸੱਸ ਕਹਿੰਦੀ ਇਹਨੂੰ ਫੜੋ, ਮੇਰੀ ਨੂੰਹ ਨੇ ਮਾਰਿਆ। ਸੱਸ ਨੇ ਇਹ ਗਾਲੀ ਕੀਤੀ ਜੋ ਆਂਢੀ ਗੁਆਂਢੀ ਕੋਈ ਨੀ ਲੱਗੇ। ਉਹਦੀ ਮਾਂ ਸੱਸ ਤੇ ਨਨਾਣ ਕਹਿੰਦੀ ਵੀ ਇਹਨੂੰ ਫੜੋ, ਇਹਨੇ ਮਾਰਿਆ। ਇਹਨੇ ਰਲ ਕੇ ਕੁਛ ਕੀਤਾ, ਉਹਨੇ ਸਾਨੂੰ ਇਹ ਦੱਸਿਆ, ਬਿਆਨ ਇਹ ਦਿੱਤਾ। ਤਾਂ ਹੁਣ ਤੁਹਾਡੀ ਕੀ ਮੰਗ ਹੈ? ਸਾਡੀ ਮੰਗ ਆ ਵੀ ਸਾਨੂੰ ਇਨਸਾਫ ਹੁਣ ਮਿਲਣਾ ਚਾਹੀਦਾ। ਸਾਡਾ ਬੰਦਾ ਚੱਲ ਗਿਆ, ਉਹਨੂੰ ਇਨਸਾਫ ਮਿਲੇ। ਤੁਸੀਂ ਵੇਖਿਆ ਕਿ ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਆ। ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਉਹਨਾਂ ਦਾ ਵਿਆਹ ਹੋਣ ਦੇ ਬਾਵਜੂਦ ਵੀ ਜਿਹੜੀ ਇੱਕ ਕੁੜੀ ਆ ਉਹ ਰਿਲੇਸ਼ਨ ਦੇ ਵਿੱਚ ਹਰਦੇਵ ਸਿੰਘ ਨਾਮ ਦੇ ਨੌਜਵਾਨ ਦੇ ਨਾਲ ਲਗਾਤਾਰ ਰਹਿੰਦੀ ਪਈ ਸੀ, ਪਰ ਉਹ ਪਰਿਵਾਰਕ ਮੈਂਬਰ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਦੇ ਚੁੱਕੇ ਨੇ ਥਾਣੇ ਦੇ ਵਿੱਚ। ਜੇਕਰ ਥਾਣੇ ਵਾਲਿਆਂ ਦੇ ਵੱਲੋਂ ਪਹਿਲਾਂ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਇਹ ਸਮਾਂ ਨਹੀਂ ਸੀ ਆਉਣਾ। ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਹਾਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਤਾਂ ਜਿਸ ਤਰ੍ਹਾਂ ਹਰਦੇਵ ਸਿੰਘ ਦੀ ਪਤਨੀ ਦੇ ਨਾਲ ਗੱਲਬਾਤ ਕੀਤੀ ਗਈ, ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਮੇਰੇ 3 ਬੱਚੇ ਨੇ, ਤਾਂ ਇੱਕ ਕੁੜੀ ਜੋ ਕਿ ਉਹਨਾਂ ਦੇ ਮੁਹੱਲੇ ਦੇ ਵਿੱਚ ਹੀ ਰਹਿੰਦੀ ਹੈ ਤਾਂ ਉਹ ਰਿਲੇਸ਼ਨ ਦੇ ਵਿੱਚ ਰਹਿੰਦੀ ਪਈ ਸੀ, ਤਾਂ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਕਹਿੰਦੀ ਸੀ ਕਿ ਮੈਂ ਤੁਹਾਡੇ ਨਾਲ ਰਹਿਣਾ, ਪਰ ਇਹਨਾਂ ਦੇ ਵੱਲੋਂ ਨਾਲ ਨਹੀਂ ਸੀ ਰੱਖਿਆ ਜਾਂਦਾ। ਤਾਂ ਉਸਦੇ ਖਿਲਾਫ ਜਿਹੜੀ ਸ਼ਿਕਾਇਤ ਆ ਉਹ ਥਾਣੇ ਦੇ ਵਿੱਚ ਦਿੱਤੀ ਗਈ, ਜਿਸ ਤੋਂ ਬਾਅਦ ਕਾਰਵਾਈ ਨਾ ਹੋਣ ਦੇ ਚੱਲਦੇ ਅੱਜ ਇਹ ਸਮਾਂ ਆ ਚੁੱਕਾ ਜਿਸ ਤੋਂ ਬਾਅਦ ਹਰਦੇਵ ਸਿੰਘ ਨੂੰ ਜਿਹੜੀ ਆਪਣੀ ਜਾਨ ਗਵਾਉਣੀ ਪੈ ਚੁੱਕੀ ਹੈ। ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੱਜ ਉਸਦੀ ਫੋਟੋ ਵੀ ਸਾਂਝੀ ਕੀਤੀ ਜਾ ਰਹੀ ਆ। ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਜ਼ਰੂਰ ਦਿੱਤੀ ਗਈ ਹੈ। ਤਾਂ ਜੇਕਰ ਅਸੀਂ ਗੱਲ ਕਰੀਏ ਥਾਣਾ ਬੀੜਵਿਆਂ ਦੇ SI ਅਮਰਜੀਤ ਸਿੰਘ ਹੋਣਾ ਦੀ, ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਫਿਲਹਾਲ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਆ ਤਾਂ ਉਸਦੇ ਵਿੱਚ ਪੁਲਿਸ ਦੇ ਵੱਲੋਂ ਉਦੋਂ ਕਾਰਵਾਈ ਕੀਤੀ ਜਾਏਗੀ ਜਦੋਂ ਮੈਡੀਕਲ ਰਿਪੋਰਟ ਜਿਹੜੀ ਆ ਉਸਦੀ ਆਏਗੀ, ਪੋਸਟਮਾਰਟਮ ਦੀ ਰਿਪੋਰਟ ਆਏਗੀ, ਤਾਂ ਉਸਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਸਦੇ ਮੁਤਾਬਕ ਕਾਰਵਾਈ ਅਗਲੀ ਕੀਤੀ ਜਾਏਗੀ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਕਦੋਂ ਇਸ ਮਹਿਲਾ ਤੇ ਉਸਦੇ ਪਤੀ ਤੇ